प्यारे बच्चों तुम अपनी पंजाबी प्रवेशिका बुक ਵਿੱਚ ਪਾਠ ਨੰਬਰ 16 ਤੇ ਪੇਜ ਨੰਬਰ 45 ਖੋਲੋ ਅੱਜ ਮੈਂ ਤੁਹਾਨੂੰ ਟਿੱਪੀ ਦੀ ਵਰਤੋਂ ਦੀ ਐਕਸਰਸਾਈਜ਼ 'ਕ੍ਰੌਨ' ਜਾ ਰਹੇ ਹਾਂ ਕੁਐਕਸ਼ਨ ਨੰਬਰ 1 ਤੇ ਕੁਐਕਸ਼ਨ ਨੰਬਰ 2 ਇਹ ਤੁਸੀਂ ਕੁਐਕਸ਼ਨਸ 21st ਦਸੰਬਰ 2020 ਦੀ ਡੇਟ ਵਿੱਚ ਕਰਨੇ ਹਨ ਕੁਐਕਸ਼ਨ ਨੰਬਰ 1 ਪੜੋ ਹਾ ਹਾ ਹਾਹੇ ਨੂੰ ਲਾ ਤੇ ਠਠਾ ਹੇਟ ਦੱਦਾ ਦੱਦੇ ਨੂੰ ਸਿਹਾਰੀ ਉੱਪਰ ਅਦਕ ਤੱਤਾ ਤੱਤੇ ਨੂੰ ਲਾ ਦਿੱਤੇ ਚੱਚਾ ਚੱਚੇ ਨੂੰ ਸਿਹਾਰੀ ਉੱਪਰ ਅਦਕ ਤੱਤਾ ਰਾਰਾ ਰਾਰੇ ਨੂੰ ਕੰਨਾ ਉੱਪਰ ਬਿੰਦੀ ਚਿਤਰਾ ਨੰਨਾ ਨੰਨੇ ਨੂੰ ਦੁਲੈਂਕੜ ਉੱਪਰ ਟਿੱਪੀ ਨੂੰ ਵਾਵਾ ਵਾਵੇ ਨੂੰ ਲਾ ਤੇ ਖਖਾ ਵੇਖ ਕਕਾ ਕਕੇ ਨੂੰ ਲਾ ਕੇ ਖਖਾ ਖਖੇ ਨੂੰ ਕੰਨਾ ਲੱਲਾ ਲੱਲੇ ਨੂੰ ਬਿਹਾਰੀ ਖਾਲੀ ਥੱਥਾ ਥੱਥੇ ਨੂੰ ਕੰਨਾ ਵਾਵਾ ਵਾਵੇ ਨੂੰ ਕੰਨਾ ਉੱਪਰ ਬਿੰਦੀ ਥਾਵਾ ਪੱਬਾ ਰਾਰਾ ਰਾਰੇ ਨੂੰ ਹੋੜਾ ਪਰੋ ਹੇਠ ਦਿੱਤੇ ਚਿੱਤਰਾ ਨੂੰ ਵੇਖ ਕੇ ਖਾਲੀ ਥਾਵਾ ਪਰੋ ਹੁਣ ਦੇਖੋ ਮੈਮ ਨੇ ਕਿਲੇ ਕਿਲੇ ਚਿੱਤਰ ਬਣਾਏ ਹਨ ਨੰਬਰ 1 ਤੇ ਕੀ ਹੈ ਆਂਬ ਨੰਬਰ 2 ਤੇ ਕੀ ਹੈ ਪਤੰਗ ਨੰਬਰ 3 ਤੇ ਕੀ ਹੈ ਝੰਡਾ ਤੇ ਹੁਣ ਇੱਥੇ ਬੱਬਾ ਲਿਖਿਆ ਹੈ ਤੇ ਅੱਗੇ ਖਾਲੀ ਜਗ੍ਹਾ ਛੱਡੀ ਗਈ ਹੈ ਆਪਾਂ ਇੱਥੇ ਚਿੱਤਰ ਵੇਖ ਕੇ ਅੰਬ ਲਿਖਣਾ ਹੈ ਤੇ ਆਪਾਂ ਇੱਥੇ ਲਿਖਾਂਗੇ ਐੜਾ ਐੜੇ ਉੱਪਰ ਟਿੱਪੀ ਤੇ ਬੱਬਾ ਅੰਬ ਜੇ ਦੀ ਆਪਾਂ ਐੜੇ ਉੱਤੇ ਟਿੱਪੀ ਨਹੀਂ ਲਗਾਉਂਦੇ ਹਾਂ ਤੇ ਇਹ ਕੀ ਸ਼ਬਦ ਬਣਦਾ ਹੈ ਅਬ ਉਹ ਕੀ ਗਲਤ ਹੈ ਆਪਾਂ ਐੜੇ ਉੱਪਰ ਟਿੱਪੀ ਜ਼ਰੂਰ ਲਗਾਨੀ ਹੈ ਤਾਂ ਹੀ ਅੰਬ ਸ਼ਬਦ ਬਣਦਾ ਹੈ ਨੈਕਸਟ ਦੇਖੋ ਪਤੰਗ ਹੈ ਤੇ ਪਪਾ ਤੇ ਗੱਗਾ ਦਿੱਤਾ ਗਿਆ ਹੈ ਵਿਚਕਾਰਲਾ ਅੱਖਰ ਨਹੀਂ ਲਿਖਿਆ ਹੈ ਤੇ ਆਪਾਂ ਪਤੰਗ ਸ਼ਬਦ ਲਿਖਣਾ ਹੈ ਤੇ ਕਿਹੜਾ ਅੱਖਰ ਲਿਖਾਂਗੇ ਤਤਾ ਪਪਾ ਤਤਾ ਤਤੇ ਉੱਪਰ ਟਿੱਪੀ ਤੇ ਗੱਗਾ ਪਤੰਗ ਹੁਣ 3 ਨੰਬਰ ਤੇ ਝੰਡਾ ਹੈ ਤੇ ਇੱਥੇ ਡੱਡਾ ਤੇ ਕੰਨਾ ਦਿੱਤਾ ਗਿਆ ਹੈ ਤੇ ਪਹਿਲਾ ਅੱਖਰ ਛੱਡਿਆ ਗਿਆ ਹੈ ਤੇ ਆਪਾਂ ਇੱਥੇ ਕੀ ਲਿਖਾਂਗੇ ਝੱਜੇ ਉੱਪਰ ਟਿੱਪੀ ਡੱਡਾ ਡੱਡੇ ਨੂੰ ਕੰਨਾ ਝੰਡਾ ਇਹ ਸੋਨਾ ਸੋਨਾ ਤੁਸੀਂ ਆਪਣੀ ਕਾਪੀ ਵਿੱਚ ਕਰਨਾ ਹੈ ਇਹ ਕੰਮ ਨੈਕਸਟ ਹੈ ਕ੍ਰਿਕਸ਼ਨ ਨੰਬਰ 2 ਸ਼ਬਦ ਜੋੜ ਨੰਬਰ 1 ਹੈ ਚੱਚਾ ਚੱਚੇ ਉੱਪਰ ਟਿੱਪੀ ਦੱਦਾ ਰਾਰਾ ਮਮਾ ਮੰਮੀ ਨੂੰ ਕੰਨਾ ਚੰ드ਮਾ ਮੂਨ ਨੂੰ ਕੀ ਕਹਿੰਦੇ ਆ ਪੰਜਾਬੀ ਵਿੱਚ ਚੰ드ਮਾ ਜਜਾ ਜੱਜੇ ਨੂੰ ਸਿਹਾਰੀ ਉੱਪਰ ਟਿੱਪੀ ਦੱਦਾ ਗੱਗਾ ਗੱਗੇ ਨੂੰ ਵੀ ਹਾਰੀ ਕੀ ਬਣਿਆ ਜਿੰਦਗੀ ਸਸਾ ਸਸੇ ਨੂੰ ਔਂਕਰ ਸੂ ਰਾਰਾ ਰਾਰੇ ਨੂੰ ਸਿਹਾਰੀ ਉੱਪਰ ਡਿੱਬੀ ਟਿੱਪੀ ਦੱਦਾ ਤੇ ਰਾਰਾ ਕੀ ਬਣਿਆ ਸੂਰੇਂਦਰ ਮੰਮਾ ਮੰਮੀ ਉੱਪਰ ਟਿੱਪੀ ਦੱਦਾ ਤੇ ਰਾਰਾ ਮੰਦਿਰ ਮੰਦਿਰ ਜਾਂਦੇ ਹੋ ਨਾ ਤੁਸੀਂ ਮੰਦਿਰ ਆਪਣੇ ਮੰਮੀ ਪਾਪਾ ਦੇ ਨਾਲ ਬੱਬਾ ਬੱਬੇ ਉੱਪਰ ਟਿੱਪੀ ਦੱਦਾ ਗੱਗਾ ਗੱਗੇ ਨੂੰ ਬਿਹਾਰੀ ਬੰਦ ਗੀ ਸਸਾ ਸਸੇ ਨੂੰ ਸਿਹਾਰੀ ਉੱਪਰ ਟਿੱਪੀ ਤੇ ਕੱਗਾ ਸਿੰਘ ਮਮਾ ਹਾ ਹਾ ਹਾਹੇ ਨੂੰ ਸਿਹਾਰੀ ਉੱਪਰ ਟਿੱਪੀ ਦੱਦਾ ਤੇ ਰਾਰਾ ਮਹਿੰਦਰ ਇਹ ਦੋਨੋਂ ਕੁਐਸਚਨਸ ਤੁਸੀਂ ਆਪਣੀ ਨੋਟਬੁੱਕ ਵਿੱਚ ਕਰਨੇ ਹਨ